ਜੀ ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਮੀਆਂ ਚੰਨੂ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ ਅਤੇ ਕਪਾਹ ਆਈ ਆ, ਆਹ ਚੈੱਕ ਕਰੋ ਜੀ। ਚੋਰੀ ਵੇਚਤੀ, ਵਿਕਦੀ ਨਹੀਂ ਪਈ, ਉਹ ਕਹਿੰਦੇ ਵੇਚਣੀ ਨਹੀਂ। ਹੜਤਾਲ ਹੜਤਾਲ ਅੱਜ ਕਿੱਥੋਂ ਲੈ ਕੇ ਆਏ? 17 ਚੋਂ ਲੈ ਕੇ ਆਏ, 17 ਚੋਂ। ਤੇ ਪਤਾ ਨਹੀਂ ਸੀ ਕਿ ਹੜਤਾਲ ਅੱਜ। ਕੋਈ ਨਹੀਂ, ਕੰਨੀ ਨੇ ਦਿੱਲੀ ਲੋਕ ਬਾਹਰ ਕਰ ਚੜੇ ਆਕੂ ਮਦੋਰ ਕੀ ਹੈ। ਸਹੀ ਗੱਲ ਆ। ਉਹ ਕਹਿੰਦੇ ਜੀ ਬਿਜਲੀ ਦੇ ਬਿੱਲਾਂ 'ਚ ਜੀ ਦੇਖਾਂ, ਹਰ ਚੀਜ਼ ਦੇਖਾਂ। ਹਾਂ, ਖਾਦ ਲੈਣ ਜਾਓ, ਖਾਦ ਉਤਾਂ ਆਉ ਤਾਂ ਬਸ ਤੁਮੇ ਜਹਲਾ ਦੇ ਇਤਨਾ ਖਰਚਾ ਕਰਕੇ। ਬਿਲਕੁਲ ਜੀ, ਬੇਕਾਰ ਬਾਹਰ ਉਗਾ ਬਜਾ ਰਹੇ ਦੀ ਹਕੂਮਤ ਦੇ, ਬੇਕਾਰ ਹਕੂਮਤ ਕੰਮ ਕਰ ਰਹਾ ਸਾਨੂੰ। ਆ ਬਿਲਕੁਲ ਜੀ, ਦੇਖੋ ਜੀ ਕਪਾਹ ਵਾਪਸ ਜਾ ਰਹੀ ਆ, ਜ਼ਿਮੀਦਾਰਾਂ ਦੀ ਮਿਹਨਤ ਇੰਨੀ ਹੋਈ ਉੱਤੇ। ਹਾਂ ਜੀ, ਖਾਦ ਵੇਖ ਲਓ ਜੀ, ਖਾਦ ਇੰਨੀ ਮਹਿੰਗੀ ਮਿਲਦੀ ਪਈ ਆ। ਕਣਕ ਦੇ ਅੱਗੇ ਕਣਕ ਦਾ ਕਣਕ ਦਾ ਘਾਟਾ ਖਾਦਾ। ਬਿਲਕੁਲ ਜੀ, ਉਹ ਵਾਪਸ ਜਾ ਰਹੀ ਜੀ, ਕਪਾਹ ਵਾਪਸ ਜਾ ਰਹੀ ਹੈ, ਕਣਕ ਦੂਜੇ ਪਈਏ, ਖਾਦ ਮਹਿੰਗੀ। ਸਹੀ, 5 ਰੁਪਏ ਲਗਾ ਕੇ। ਬਿਲਕੁਲ ਜੀ, ਦੇਖੋ ਜੀ ਜ਼ਿਮੀਦਾਰ ਵਿਚਾਰਾ ਹੁਣ ਇੱਥੇ ਕੀ ਕਰੇ। ਆ ਮੱਕੀ ਆ ਤਕਰੀਬਨ ਅੱਜ 25 ਰੁਪਏ ਇਜ਼ਾਫਾ ਦੇਖਿਆ ਜਾ ਰਿਹਾ ਵਾ, ਅਤੇ ਬਾਕੀ ਕਪਾਹ ਜਿਹੜੀ ਉਹ ਵੈਸੇ ਵਾਪਸ ਜਾ ਰਹੀ ਹੈ, ਲੈਂਦੇ ਕੋਈ ਨਹੀਂ ਪਿਆ। ਹੜਤਾਲ ਆ ਕਹਿੰਦੇ ਜੀ, ਮਿੱਲਾਂ ਵਾਲੇ ਕਹਿੰਦੇ ਜੀ ਸਾਡੇ ਟੈਕਸ ਖਤਮ ਕਰੋ ਫਿਰ ਜਾ ਕੇ ਕਪਾਹ ਲਵਾਂਗੇ। ਬਾਕੀ ਕਣਕ ਜਿਹੜੀ ਆ ਉਹ 2750 ਰੁਪਏ ਤੱਕ ਅੱਜ ਵਿਕੀ ਹੈ। ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।